ਇੱਕ ਤਾਂ ਜੱਟ ਪੁਣੇ ਦੀ ਪੂਛ, ਦੂਜਾ ਜ਼ਮੀਨ ਦਾ ਗਲ ਚ ਪਿਆ ਕਰਿੰਡਲ, ਨਾ ਤਾਂ ਜੱਟ ਨੂੰ ਮਰਨ ਦਿੰਦਾ ਤੇ ਨਾ ਹੀ ਜਿਉਣ ਦਿੰਦਾ। ਫਸਲ ਵੇਚ ਕੇ ਆਏ ਬਾਪੂ ਦੀ ਜੇਬ ਵਿੱਚ, ਜਦ ਪੁੱਤ ਨੇ ਹੱਥ ਮਾਰਿਆ ਸੋਚਿਆ ਖਬਰੇ ਰਾਤ ਬਾਪੂ ਫਸਲ ਦੇ ਪੈਸੇ ਫੜਾਉਣ ਭੁੱਲ ਗਿਆ ਹੋਵੇਗਾ, ਤਾਂ ਮੁੰਡੇ ਦੇ ਹੱਥ ਇੱਕ ਠਿਆਨੀ ਤੇ ਹਿਸਾਬ ਕਰਕੇ ਆੜਤੀਏ ਵੱਲੋਂ ਕੱਢੇ ਬਕਾਏ ਦੀ ਪਰਚੀ ਮਿਲ ਗਈ। ਤਾਂ ਪੁੱਛਿਆ ਬਾਪੂ ਕੁਝ ਵੀ ਨਹੀਂ ਬਚਿਆ, ਰੇ ਦੀ ਕਿਸ਼ਤ ਕਿੱਥੋਂ ਭਰਾਂਗੇ? ਤਾਂ ਬਾਪੂ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਲੋਹੇ ਵਰਗਾ ਸਰੀਰ ਮਿੱਟੀ ਵਰਗਾ ਲੱਗਿਆ, ਅੱਖਾਂ ਚੋਂ ਪਾਣੀ ਆ ਗਿਆ, ਵਿਹੜੇ ਵਿੱਚ ਫਿਰਦੀ ਮਟਿਆਰ ਧੀ ਵੱਲ ਵੇਖ ਕੇ ਸ਼ੇਰ ਵਰਗੇ ਪੁੱਤ ਨੂੰ ਨੌਕਰ ਹੋਣ ਲਈ ਬਾਪੂ ਇਉਂ ਕਹਿੰਦਾ ਹੈ। ਦੇਣਾ ਮਾੜੇ ਕਰਮਾ ਆੜਤੀਏ ਦੀ ਗੋਂਗੜ ਦੇ ਵਿੱਚ।
ਆਪੇ ਕਰ ਲੂੰਗਾ।